गुड मॉर्निंग एवरीवन, की हाल चाल जी सारे दा। आई होप सारे तुसे ठीक होंगे। मैं हरदीप सिंह तुहाडा आईसीईटी दे ऑफिशियल यूट्यूब चैनल से स्वागत करता हाँ। जिहड़े तां इस चैनल ते पहली बारी आए ने, वो इस चैनल नूं सबसक्राइब करो ताकि लेटेस्ट वीडियो रिलेटेड टू कंपीटिटिव एग्जाम्स तुहाडे तक पहुँच सके। ठीक है, अज की वीडियो दे विच आपां स्मार्ट वर्क सीखांगे। खुश हो गए ना स्मार्ट वर्क का नाम सुन के। ਇਹਦੇ ਵਿੱਚ ਅੱਜ ਦੀ ਵੀਡੀਓ ਸਿੱਖਾਂਗੇ ਆਪਾਂ ਟ੍ਰਿਕ ਰਿਲੇਟਡ ਟੂ ਸਕੇਅਰ, ਕਿ ਆਪਾਂ ਵਿਦ ਇਨ ਸੈਕਿੰਡਸ ਦੇ ਵਿੱਚ ਕਿਸੇ ਵੀ ਨੰਬਰ ਦਾ ਸਕੇਅਰ ਕਿੱਦਾਂ ਫਾਈਂਡ ਕਰ ਸਕਦੇ ਹਾਂ। ਠੀਕ ਹੈ, ਤੁਸੀਂ ਆਪਾਂ ਆਪਣੇ ਕੈਲਕੂਲੇਟਰ ਕਰ ਸਕਦੇ ਹੋ, ਦੇਖੋ ਮੈਂ ਸਹੀ ਵੀ ਕਰ ਰਿਹਾ ਕਿ ਨਹੀਂ ਕਰ ਰਿਹਾ। ਠੀਕ ਹੈ, ਸਪੋਜ਼ ਮੈਂ ਨੰਬਰ ਚੂਜ਼ ਕੀਤਾ, ਇੱਕ ਨੰਬਰ ਚੂਜ਼ ਕਰ ਲਿਆ ਮੈਂ 24, ਇਹਦਾ ਸਕੇਅਰ ਫਾਈਂਡ ਕਰਾਂਗੇ। ਦੂਸਰਾ ਨੰਬਰ ਮੈਂ ਚੂਜ਼ ਕਰ ਲਿਆ 32, ਇਹਦਾ ਸਕੇਅਰ ਫਾਈਂਡ ਕਰ ਲਾਂਗੇ। ਤੀਸਰਾ ਨੰਬਰ ਚੂਜ਼ ਕਰ ਲਿਆ 76, ਇਹਦਾ ਸਕੇਅਰ। ਚੌਥਾ ਨੰਬਰ ਚੂਜ਼ ਕਰ ਲਿਆ 99। ਇਹ ਚਾਰਾਂ ਦੇ ਸਕੇਅਰ ਫਾਈਂਡ ਕਰ ਲਾਂਗੇ ਤੇ ਸਾਨੂੰ ਸਾਰਾ ਸਮਝ ਆ ਜਾਊਗਾ ਅਪ ਟੂ 99 ਤੱਕ ਆਪਾਂ ਸਕੇਅਰ ਕਿੱਦਾਂ ਫਾਈਂਡ ਕਰਨੇ ਆ। ਓਕੇ, ਹੁਣ ਸਭ ਤੋਂ ਪਹਿਲਾਂ ਮੈਂ 24 ਦਾ ਸਕੇਅਰ ਫਾਈਂਡ ਕਰਕੇ ਦਿਖਾਵਾਂਗਾ। 24 ਦਾ ਸਕੇਅਰ ਫਾਈਂਡ ਕਰਨ ਵਾਸਤੇ ਸਭ ਤੋਂ ਪਹਿਲਾਂ ਮੈਂ 2 ਦਾ ਸਕੇਅਰ ਲੱਭੂੰਗਾ। 2 ਦਾ ਸਕੇਅਰ ਕੀ ਹੁੰਦਾ? 4, ਉਹਨੂੰ ਮੈਂ ਐਜ਼ ਇਟ ਇਜ਼ ਲਿਖਤਾ 4। ਨੈਕਸਟ 4 ਦਾ ਸਕੇਅਰ, 4 ਦਾ ਸਕੇਅਰ ਕੀ ਹੁੰਦਾ? 16, ਉਹਨੂੰ ਲਿਖਤਾ ਇੱਥੇ 16। ਓਕੇ, ਇਹ ਸਾਡਾ ਪਹਿਲਾ ਸਟੈਪ ਆ, ਫਰਸਟ ਸਟੈਪ। ਹੁਣ ਮੈਂ ਲਿਖਣਾ ਸੈਕਿੰਡ ਸਟੈਪ। ਸੈਕਿੰਡ ਸਟੈਪ ਕੀ ਹੈ ਮੇਰਾ? ਇਹ ਦੋਨਾਂ ਨੂੰ ਆਪਸ 'ਚ ਮਲਟੀਪਲਾਈ ਕੀਤਾ, ਜਿਹੜੇ ਵਿੱਚ ਨੰਬਰ ਆ ਬ੍ਰੈਕਿਟਸ ਦੇ ਵਿੱਚ ਉਹਨਾਂ ਨੂੰ ਦੋਨਾਂ ਨੂੰ ਆਪਸ 'ਚ ਮਲਟੀਪਲਾਈ ਕੀਤਾ। 2 2 4 8, 8 ਆ ਗਿਆ। ਉਸ ਤੋਂ ਬਾਅਦ 8 ਨੂੰ ਮਲਟੀਪਲਾਈ ਕਰੂੰਗਾ ਇਹਦੇ ਨਾਲ ਜਿਹੜੀ ਮੈਂ ਵੈਲਿਊ ਬ੍ਰੈਕਿਟ ਦੇ ਉੱਪਰ ਲਿਖੀ, ਯਾਨੀ ਕਿ 2 ਜਿਹੜਾ ਮੈਂ ਸਕੇਅਰ ਕਰਨ ਲੱਗਾ। 8 2 ਦਾ ਕਿੰਨੇ ਹੁੰਦੇ? 16, ਮੇਰਾ ਆਇਆ 16। 16 ਨੂੰ ਲਿਖਣ ਦਾ ਸਟਾਈਲ ਦੇਖੋ, ਇੱਕ ਪਲੇਸ ਛੱਡੀ, 6 ਇੱਥੇ ਲਿਖਿਆ, 1 ਅੱਗੇ 4 ਦੇ ਨੀਚੇ। ਓਕੇ, ਦੋ ਸਟੈਪ ਸਮਝ ਆ ਗਏ। ਹੁਣ ਤੀਜਾ ਸਟੈਪ ਕੀ ਹੈ? ਦੋਨਾਂ ਨੂੰ ਐਡ ਕਰ ਦੇਣਾ। ਇੱਥੇ ਆ ਗਿਆ 6 7 5, ਸੋ 576 ਇਜ਼ ਅ ਸਕੇਅਰ ਆਫ 24। ਓਕੇ, ਨੈਕਸਟ ਆਪਾਂ ਸੇਮ ਵੇ ਦੇ ਵਿੱਚ ਫਾਈਂਡ ਕਰਾਂਗੇ ਹੁਣ 32 ਦਾ। 32 ਦਾ ਸਕੇਅਰ ਫਾਈਂਡ ਕਰਨਾ, ਸਭ ਤੋਂ ਪਹਿਲਾਂ ਇਹਦਾ ਸਕੇਅਰ ਲਿਖਿਆ, ਇਹਦਾ ਕਿੰਨਾ ਆ ਗਿਆ? 9। ਉਸ ਤੋਂ ਬਾਅਦ ਆਪਾਂ 2 ਦਾ ਸਕੇਅਰ ਫਾਈਂਡ ਕਰਨਾ। 2 ਦਾ ਸਕੇਅਰ ਹੁੰਦਾ 4, ਪਰ ਆਪਾਂ 4 ਐਜ਼ ਇਟ ਇਜ਼ ਨਹੀਂ ਲਿਖ ਦੇਣਾ, ਹਮੇਸ਼ਾ ਜਦੋਂ ਵੀ ਆ ਨੰਬਰ ਲਿਖਣਾ 2 ਡਿਜਿਟਸ ਦੇ ਵਿੱਚ ਲਿਖਣਾ। ਇੱਥੇ ਆਪਾਂ ਕੀ ਲਿਖਤਾ? 0। ਸੋ ਆਪਾਂ 2 ਦਾ ਸਕੇਅਰ ਕੀ ਲਿਖਿਆ? 0 4। ਓਕੇ, ਬਾਕੀ ਉਹਦੇ ਸਟੈਪ ਆ, ਆ ਪਹਿਲਾ ਸਟੈਪ, ਸੈਕਿੰਡ ਸਟੈਪ, ਆ ਦੋਨਾਂ ਨੂੰ ਮਲਟੀਪਲਾਈ ਕੀਤਾ। 3 2 6 6 6 ਨੂੰ ਮਲਟੀਪਲਾਈ ਕੀਤਾ 2 ਨਾਲ, 6 2 12, 1 ਇੱਥੇ 2 ਇੱਥੇ, 4 2 10, 1024 ਇਜ਼ ਅ ਸਕੇਅਰ ਆਫ 32। ਹਾਂਜੀ, ਨੈਕਸਟ ਨੰਬਰ ਮੈਂ ਚੂਜ਼ ਕੀਤਾ 76। 7 ਦਾ ਸਕੇਅਰ 49, 6 ਦਾ ਸਕੇਅਰ 36, ਦੋਨਾਂ ਨੂੰ ਮਲਟੀਪਲਾਈ ਕੀਤਾ, 7 6 42, 42 2 2 18 4, 6 ਇੱਥੇ ਆ ਗਿਆ, 7 ਇੱਥੇ ਆ ਗਿਆ, 9 plus 8 17, 5 5 double 7 6 ਇਜ਼ ਅ ਸਕੇਅਰ ਆਫ 76। ਨੈਕਸਟ ਨੰਬਰ ਚੂਜ਼ ਕੀਤਾ ਮੈਂ 99। 9 ਦਾ ਸਕੇਅਰ 81, 9 ਦਾ ਸਕੇਅਰ 81, 9 9 81, 81 ਮਲਟੀਪਲਾਈ ਬਾਈ 2, 162, 2 ਇੱਥੇ, 6 ਇੱਥੇ, 1 ਇੱਥੇ, ਐਡ ਕੀਤਾ 1, 10, 1 ਇੱਥੇ ਕੈਰੀ ਕਰ ਲਿਆ, 1 plus 1 2, 2 plus 6 8 9, 9 8 0 1 ਇਜ਼ ਅ ਸਕੇਅਰ ਆਫ 99। ਸੋ ਆਪਾਂ ਇਸ ਦੇ ਵਿੱਚ ਸਿੱਖਿਆ ਕਿ ਆਪਾਂ 99 ਤੱਕ ਕਿਸੇ ਵੀ ਨੰਬਰ ਦਾ ਸਕੇਅਰ ਕਿੱਦਾਂ ਫਾਈਂਡ ਕਰਨਾ ਹੈ। ਓਕੇ, ਹੁਣ ਆਪਾਂ ਨੈਕਸਟ ਟ੍ਰਿਕ ਸਿੱਖ ਜਾ ਰਹੇ ਹਾਂ ਕਿ ਜਦੋਂ ਨੰਬਰ 99 ਤੋਂ ਅਬਵ ਹੋ ਜੇ, ਯਾਨੀ ਕਿ ਆਪਾਂ ਕਹਿ ਲਈਏ ਕਿ 100 ਤੋਂ ਲੈ ਕੇ ਅਪ ਟੂ 999 ਤੱਕ ਆਪਾਂ ਸਕੇਅਰ ਕਿੱਦਾਂ ਫਾਈਂਡ ਕਰਨਾ, ਇਹਦੇ ਵਿੱਚ ਮੈਂ ਤੁਹਾਨੂੰ 2 ਟ੍ਰਿਕਸ ਦੱਸੂੰਗਾ, ਤੁਸੀਂ ਜਿਹੜੀ ਮਰਜ਼ੀ ਅਪਲਾਈ ਕਰ ਸਕਦੇ ਹੋ। ਓਕੇ, ਸਭ ਤੋਂ ਪਹਿਲੀ ਟ੍ਰਿਕ, ਆਪਾਂ ਸਪੋਜ਼ ਨੰਬਰ ਚੂਜ਼ ਕਰ ਲਿਆ 112, 112 ਨੰਬਰ ਚੂਜ਼ ਕੀਤਾ, ਆਪਾਂ ਫਾਈਂਡ ਕੀ ਕਰਨਾ ਵਾ? ਆਪਾਂ ਫਾਈਂਡ ਕਰਨਾ ਕਿ ਨੀਅਰ ਅਬਾਊਟ ਇਹਦੇ ਮੈਕਸਿਮਮ ਜ਼ੀਰੋਸ ਕਿੱਥੇ ਆ। ਇਹਦੇ ਨੀਅਰ ਅਬਾਊਟ ਮੈਕਸਿਮਮ ਜ਼ੀਰੋਸ 100 ਤੇ ਆ। ਓਕੇ, 100 ਤੱਕ ਜਾਣ ਵਾਸਤੇ ਸਾਨੂੰ ਕੀ ਕਰਨਾ ਪਿਆ? 112 ਵਿੱਚੋਂ 12 ਮਾਈਨਸ ਕਰਨੇ ਪਏ। ਠੀਕ ਹੈ, 12 ਮਾਈਨਸ ਕੀਤੇ ਆ ਤੇ ਇੰਨੇ ਹੀ ਮੈਂ ਇਹਦੇ ਵਿੱਚ ਐਡ ਕਰ ਦੂੰਗਾ। ਜਦੋਂ ਮੈਂ 12 ਇਹਦੇ ਵਿੱਚ ਐਡ ਕੀਤੇ, ਉਹ ਕਿੰਨਾ ਬਣ ਗਿਆ? 124। ਠੀਕ ਹੈ, ਪਹਿਲਾ ਸਟੈਪ ਸੀਗਾ 100 ਤੱਕ ਚਲੇ ਗਿਆ, ਕਿੰਨੇ ਮਾਈਨਸ ਕੀਤੇ? 12, 12 ਹੀ ਨੰਬਰ ਦੇ ਵਿੱਚ ਐਡ ਕਰਤੇ, ਉਹ ਬਣ ਗਿਆ 124। ਹੁਣ ਦੋਵਾਂ ਨੂੰ ਕੀਤਾ ਆਪਸ 'ਚ ਮਲਟੀਪਲਾਈ, 100 ਨੂੰ ਤੇ 124 ਨੂੰ।
1 2 4 0 0 आंसर आ गया। ठीक है, आ मेरा पहला स्टेप सेगा, आ मेरा दूसरा स्टेप। तीसरा स्टेप की करना कि नंबर कितने का डिफरेंस ले सकता 12 का, और मैं 12 का स्क्वायर लिख देना, 12 का स्क्वायर लिखता है इतने 144, लास्ट नंबर तो शुरू किया 441 एज इट इज लिखता। तो फोर्थ स्टेप की है इन्हें ऐड करना दोनों नंबर 4 4 5 2 1 1 2 5 4 4 is a square of 112. और मैं नेक्स्ट नंबर जरा चूज किया वो मैं कर लिया जी 216 चूज कर लिया सपोज। ओके, और सेम वे इधर नियर अबाउट मैक्सिमम जीरोस कितने 200 थे, कितने माइनस कितने हैं 16 इन्हें जरा ऐड करूंगा वो कितना बन जाऊंगा 232, दोनों नु कर दूंगा आपस में मल्टीप्लाई, 0 इथे 0 इथे 2 4 6 4 6 4 6 4 00 ਦਾ ਆਨਸਰ ਆ ਗਿਆ। ਉਸ ਤੋਂ ਬਾਅਦ ਮੈਂ ਡਿਫਰੈਂਸ ਦੀ ਐਡੀਸ਼ਨ ਕਿੰਨੀ ਕੀਤੀ ਸੀ 16 ਦੀ, 16 ਦਾ ਸਕੇਅਰ ਕਿੰਨਾ ਹੁੰਦਾ 256, ਉਹ ਇਥੇ ਲਿਖਤਾ 6 ਇਥੇ 5 ਇਥੇ 6 ਇਥੇ 6 4 46656 ਇਜ਼ ਅ ਸਕੇਅਰ ਆਫ 216। ਤੁਸੀਂ ਤਾਂ ਬਹੁਤ ਈਜ਼ੀ ਨੰਬਰ ਚੂਜ਼ ਕਰਕੇ ਤੇ ਆਪਣੀ ਵੀਡੀਓ ਨੂੰ ਖਤਮ ਕਰਤਾ, ਆਹ ਵਾਲੇ ਨੰਬਰ ਕੌਣ ਕਰੂਗਾ, ਇਹ ਵੀ ਮੈਂ ਹੀ ਤੁਹਾਨੂੰ ਦੱਸੂਗਾ ਕਿ ਇਹਦੀ ਟ੍ਰਿਕਸ ਕੀ ਆ, ਇਹਨੂੰ ਵੀ ਆਪਾਂ ਸਿਮਿਲਰ ਵੇ ਨਾਲ ਹੀ ਸੋਲਵ ਕਰਾਂਗੇ। ਓਕੇ, ਸਾਡਾ ਕੰਮ ਕੀ ਆ ਨੀਅਰ ਅਬਾਊਟ ਜ਼ੀਰੋ ਫਾਈਂਡ ਕਰਨਾ। ਠੀਕ ਹੈ, ਆਪਾਂ ਜ਼ੀਰੋ ਫਾਈਂਡ ਕਰ ਲਿਆ ਕਿ ਨੀਅਰ ਅਬਾਊਟ ਜ਼ੀਰੋ ਕਿੱਥੇ ਇਹਦੇ 650 ਦੇ। ਠੀਕ ਹੈ, 650 ਦੇ ਨੀਅਰ ਅਬਾਊਟ ਜ਼ੀਰੋ ਆਪਾਂ ਕੀ ਕੀਤਾ, ਇਹਦੇ ਵਿੱਚ 5 ਆਪਾਂ ਪਲੱਸ ਕਰਤੇ, 5 ਵੀ ਆਪਾਂ ਮਾਈਨਸ ਕਰ ਦਿੰਦੇ ਹਾਂ 650, ਉਹਦੇ ਵਿੱਚ 645 ਦੇ ਵਿੱਚ 5 ਪਲੱਸ ਕੀਤੇ, 645 ਦੇ ਵਿੱਚ 5 ਮਾਈਨਸ ਕਰਤੇ, ਦੋਨੋਂ ਲਿਖਤੇ। ਉਸ ਤੋਂ ਬਾਅਦ ਅਗਲਾ ਸਟੈਪ ਕੀ ਸੀਗਾ, ਦੋਨਾਂ ਨੂੰ ਮਲਟੀਪਲਾਈ 0 0 65 ਨੂੰ 64 ਨਾਲ ਮਲਟੀਪਲਾਈ ਕੀਤਾ, 22 6 4 24 26 6 5 33 36 39 0 6 11 4 4 1 6 0। ਠੀਕ ਹੈ, ਹੁਣ ਅੱਗੇ ਕੀ ਹੈ ਡਿਫਰੈਂਸ ਕਿੰਨਾ ਲਿਆ ਸੀਗਾ 5 ਦਾ, 5 ਦਾ ਮੈਂ ਡਿਫਰੈਂਸ ਲਿਆ ਸੀਗਾ ਤੇ ਹੁਣ ਕੀ ਕਰੂੰਗਾ 5 ਦਾ ਸਕੇਅਰ ਕਰਕੇ ਉਹ ਇਹਦੇ ਵਿੱਚ ਐਡ ਕਰ ਦੂੰਗਾ, ਇੱਥੇ ਆ ਗਿਆ 25 5 2 0 6 1 4 4 1 6 0 2 5 ਇਜ਼ ਅ ਸਕੇਅਰ ਆਫ 645। ਓਕੇ, ਸੈਕੰਡ ਟ੍ਰਿਕ ਵੀ ਸਮਝ ਆ ਗਈ, ਇਹਨੂੰ ਆਪਾਂ 999 ਤੱਕ ਯੂਜ਼ ਕਰ ਸਕਦੇ ਹਾਂ। ਹੁਣ ਮੇਰੀ ਆ ਗਈ ਥਰਡ ਟ੍ਰਿਕ, ਥਰਡ ਟ੍ਰਿਕ ਆ ਉਹਨੂੰ ਬਿਲਕੁਲ ਧਿਆਨ ਨਾਲ ਸਮਝਿਓ, ਬਸ ਲਿਖਣ ਦਾ ਸਟਰਕਚਰ ਸਾਨੂੰ ਸਮਝ ਆ ਜਾਏ ਉਹ ਟ੍ਰਿਕ ਸਭ ਤੋਂ ਈਜ਼ੀ ਆ। ਸਪੋਜ਼ ਆਪਾਂ ਨੰਬਰ ਚੂਜ਼ ਕੀਤਾ ਆ 642, ਨੰਬਰ ਆਪਾਂ ਚੂਜ਼ ਕਰ ਲਿਆ 642, ਹੁਣ ਇਹਨੂੰ ਕਰਨਾ ਕਿੱਦਾਂ ਆ, ਕਰਨਾ ਕਿੱਦਾਂ ਆ, ਸਭ ਤੋਂ ਪਹਿਲਾਂ ਆਪਾਂ 6 ਦਾ ਸਕੇਅਰ ਕੀਤਾ, ਇਹਨੂੰ ਮੈਂ ਲਿਖਤਾ 36। ਠੀਕ ਹੈ, ਫਿਰ ਮੈਂ 4 ਦਾ ਸਕੇਅਰ ਕੀਤਾ, ਇਹਨੂੰ ਮੈਂ ਲਿਖਤਾ 16, ਲਿਖਣ ਦਾ ਸਟਾਈਲ ਦੇਖਿਓ ਬਸ। ਫਿਰ 2 ਦਾ ਸਕੇਅਰ ਕੀਤਾ, ਉਹਨੂੰ ਲਿਖਤਾ 04। ਠੀਕ ਹੈ, ਇਹ ਸਾਡਾ ਪਹਿਲਾ ਸਟੈਪ ਆ, ਸਾਰੇ ਨੰਬਰ ਦਾ ਸਕੇਅਰ ਕਰਕੇ ਲਿਖਤਾ। ਦੂਜਾ ਸਟੈਪ ਆਪਾਂ ਕੀ ਕਰਨਾ, 6 ਨੂੰ ਕਰਨਾ 4 ਨਾਲ ਮਲਟੀਪਲਾਈ, 6 4 ਦਾ ਕਿੰਨੇ ਹੁੰਦੇ ਆ 24 ਦਾ ਆਪਾਂ ਕਰਨਾ ਹੈ ਡਬਲ 48, ਇੱਕ ਨੰਬਰ ਛੱਡ ਕੇ ਉਸ ਤੋਂ ਬਾਅਦ ਲਿਖਤਾ 48, 6 4 ਦਾ 24, 24 ਦਾ ਆਪਾਂ ਡਬਲ ਕੀਤਾ 48। ਉਸ ਤੋਂ ਬਾਅਦ 4 2 ਦਾ ਫਿਰ ਆ ਦੋਨਾਂ ਨੰਬਰਾਂ ਨੂੰ ਮਲਟੀਪਲਾਈ ਕਰਨਾ, 4 2 ਦਾ 8, 8 2 ਦਾ 16, ਇਹ ਸਾਡਾ ਦੂਜਾ ਸਟੈਪ। ਫਿਰ ਆ ਗਿਆ ਤੀਜਾ ਸਟੈਪ, ਤੀਜੇ ਸਟੈਪ 'ਚ ਨੰਬਰ ਬਚੇ ਕਿਹੜੇ ਆ 6 ਐਂਡ 2, ਦੋਵਾਂ ਨੂੰ ਆਪਸ 'ਚ ਮਲਟੀਪਲਾਈ ਕਰਨਾ, 6 2 ਦਾ 12, 12 ਦਾ ਡਬਲ ਕਿੰਨਾ ਹੁੰਦਾ 24। ਦੇਖੋ ਟ੍ਰਾਇੰਗਲ ਸ਼ੇਪ ਦੇ ਵਿੱਚ ਲਿਖਿਆ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੀ ਹੈ ਐਡੀਸ਼ਨ, ਫੋਰਥ ਸਟੈਪ ਉਹੀ ਆਪਾਂ ਐਡੀਸ਼ਨ ਕਰ ਲੈਣੀ, 4 6 6 plus 1 7 7 plus 4 11 1 ਆਪਾਂ ਇੱਥੇ ਕੈਰੀ ਕਰ ਲਿਆ, 2 2 plus 8 10 10 plus 2 12 1 ਇੱਥੇ 7 7 plus 4 11 1 4 4 1 2 1 6 4 is a square of 642। ਓਕੇ, ਸੋ ਆਈ ਹੋਪ ਤੁਹਾਨੂੰ ਤਿੰਨੋਂ ਟ੍ਰਿਕ ਸਮਝ ਆ ਗਈਆਂ ਹੋਗੀਆਂ। ਇਹਨੂੰ ਤੁਸੀਂ ਆਪਣੇ ਜਦੋਂ ਵੀ ਤੁਸੀਂ ਕੁਆਂਟ ਕਰਨ ਬੈਠਦੇ ਹੋ, ਕੋਈ ਵੀ ਕੁਐਸਚਨ ਕਰਦੇ ਹੋ, ਇਹ ਟ੍ਰਿਕਸ ਨੂੰ ਯੂਜ਼ ਕਰੋ ਤਾਂ ਕਿ ਤੁਸੀਂ ਇਹਦੇ ਵਿੱਚ ਐਕਸਪਰਟ ਬਣ ਜਾਓ। ਠੀਕ ਹੈ, ਐਂਡ ਸਾਡੀਆਂ ਲੇਟੈਸਟ ਅਪਡੇਟਸ ਤੇ ਲੇਟੈਸਟ ਵੀਡੀਓ ਨੂੰ ਦੇਖਣ ਵਾਸਤੇ ਇਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।
मिलते हैं जी अगली वीडियो के। थैंक यू।